ਖੇਤੀ ਕਾਨੂੰਨਾਂ ਦੇ ਮਸਲੇ ਦੇ ਉੱਤੇ ਦੇਸ਼ ਦੀ ਸਰਵਉੱਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਝਾੜ ਪਾਈ ਹੈ, ਕਿਹਾ ਕਿ ਸਰਕਾਰ ਕਾਨੂੰਨਾਂ ਤੇ ਰੋਕ ਲਾਏਗੀ ਜਾਂ ਫਿਰ ਅਦਾਲਤ ਕੋਈ ਹੁਕਮ ਜਾਰੀ ਕਰੇ। ਖੇਤੀ ਕਾਨੂੰਨਾਂ ਦੇ ਅਮਲ ਤੇ ਰੋਕ ਲਾਉਣਾ ਮਸਲੇ ਦਾ ਹੱਲ ਨਹੀਂ ਹੈ, ਕਿਸਾਨਾਂ ਨੇ ਸਾਫ਼ ਸਾਫ਼ ਤੇ ਕਹਿ ਦਿੱਤਾ। ਸੁਪਰੀਮ ਕੋਰਟ ਦੀ ਇਸ ਸੁਣਵਾਈ ਤੋਂ ਕਿਸਾਨ ਸੰਤੁਸ਼ਟ ਨਹੀਂ ਹੈਗੇ। ਬੀਜੇਪੀ ਦੇ ਲੀਡਰ ਵੀ ਭੜਕੇ ਨੇ ਅੱਜ ਦੀ ਸੁਣਵਾਈ ਤੋਂ, ਕਿਉਂਕਿ ਸੁਪਰੀਮ ਕੋਰਟ ਨੇ ਜਿਹੜਾ ਬਿਆਨ ਹੈ ਉਹ ਤਾਂ ਕਿਸਾਨਾਂ ਦੇ ਪੱਖ ਦੇ ਵਿੱਚ ਹੀ ਦਿੱਤਾ ਹੈ। ਸੁਰਜੀਤ ਜਿਆਣੀ ਉਹਨਾਂ ਨੇ ਕਿਹਾ ਕਿ ਜੇ ਕਿਸਾਨਾਂ ਦੀ ਮੁੱਛ ਦਾ ਸਵਾਲ ਬਣ ਗਿਆ ਤਾਂ ਪਤਾ ਨਹੀਂ ਗੱਲ ਕਿੱਥੇ ਜਾਏਗੀ, ਪਰ ਅਸੀਂ ਹੀ ਜਿੱਤਾਂਗੇ। ਕਾਨੂੰਨਾਂ ਨੂੰ ਲੈ ਕੇ ਅਦਾਲਤ ਦੇ ਵਿੱਚ ਸਾਡੀ ਹੀ ਜਿੱਤ ਹੋਏਗੀ। ਅਦਾਲਤ ਕਹਿ ਰਹੀ ਹੈ ਖੇਤੀ ਕਾਨੂੰਨਾਂ 'ਤੇ ਰੋਕ ਤੁਸੀਂ ਲਾਓਗੇ ਜਾਂ ਫਿਰ ਅਸੀਂ ਲਾਈਏ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਰਸ਼ਰਨ ਕੌਰ। ਕਈ ਅਹਿਮ ਖਬਰਾਂ ਨੇ, ਪਰ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਹੈ ਅੱਜ ਖੇਤੀ ਕਾਨੂੰਨਾਂ ਦੇ ਮਸਲੇ ਨੂੰ ਲੈ ਕੇ, ਉਸ ਦੀ ਜਾਣਕਾਰੀ ਦੇਵਾਂਗੇ। ਅਤੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋਣੀ ਸੀ ਕਿਸਾਨਾਂ ਦੀ ਸਿੰਘੂ ਬਾਰਡਰ 'ਤੇ, ਉਹ ਅੱਜ ਦੀ ਬਜਾਏ ਹੁਣ ਕੱਲ੍ਹ ਹੋਏਗੀ, ਕਿਉਂਕਿ ਸੁਣਵਾਈ ਕੱਲ੍ਹ 'ਤੇ ਪਾ ਦਿੱਤੀ ਹੈ ਸੁਪਰੀਮ ਕੋਰਟ ਨੇ। ਸੁਪਰੀਮ ਕੋਰਟ ਨੇ ਸਿੱਧਾ ਸਿੱਧਾ ਸਵਾਲ ਕੇਂਦਰ ਸਰਕਾਰ ਦੇ ਵਕੀਲ ਜਿਹੜੇ ਪੇਸ਼ ਹੋਏ ਨੇ ਅਦਾਲਤ ਦੇ ਵਿੱਚ ਉਹਨਾਂ ਨੂੰ ਪੁੱਛਿਆ ਕਿ ਖੇਤੀ ਕਾਨੂੰਨਾਂ 'ਤੇ ਰੋਕ ਤੁਸੀਂ ਲਾਓਗੇ ਜਾਂ ਫਿਰ ਅਸੀਂ ਲਾਈਏ। ਜੇ ਕੁਛ ਵੀ ਨਹੀਂ ਹੋ ਸਕਦਾ ਤਾਂ ਫਿਰ ਅਸੀਂ ਕਮੇਟੀ ਬਣਾਉਣ ਦੀ ਵੀ ਸਲਾਹ ਦਿੰਦੇ ਹਾਂ, ਅਤੇ ਇੱਕ ਵੀ ਦਲੀਲ ਇਹੋ ਜਿਹੀ ਨਹੀਂ ਆਈ ਹੈ ਜਿਹੜੀ ਕਿ ਖੇਤੀ ਕਾਨੂੰਨਾਂ ਨੂੰ ਸਹੀ ਦੱਸਦੀ ਹੋਵੇ। ਅਦਾਲਤ ਨੇ ਸਾਫ਼ ਸਾਫ਼ ਕਹਿ ਦਿੱਤਾ, ਕਿਹਾ ਕਿ ਜੇ ਹਾਲਾਤ ਵਿਗੜੇ ਤਾਂ ਅਸੀਂ ਸਾਰੇ ਜ਼ਿੰਮੇਦਾਰ ਹੋਵਾਂਗੇ। ਸੁਪਰੀਮ ਕੋਰਟ ਨੇ ਅੱਜ ਬੜੇ ਕਰਾਰੇ ਜਿਹੜੇ ਬਿਆਨ ਨੇ ਉਹ ਦਿੱਤੇ ਨੇ। ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ, ਉਹਦੇ ਨਾਲ ਜਿਹੜਾ ਦਿੱਲੀ ਸਰਕਾਰ ਦੀਆਂ ਜੜ੍ਹਾਂ ਜ਼ਰੂਰ ਕੰਬੀਆਂ ਨੇ, ਪਰ ਦਿੱਲੀ ਸਰਕਾਰ ਮੰਨਣ ਨੂੰ ਹਾਲੇ ਤੱਕ ਤਿਆਰ ਨਹੀਂ ਹੈ। ਸੁਪਰੀਮ ਕੋਰਟ ਨੇ ਸਿੱਧਾ ਕਿਹਾ ਕਿ ਜੇਕਰ ਸਰਕਾਰ ਖੇਤੀ ਕਾਨੂੰਨਾਂ ਨੂੰ ਹੋਲਡ ਨਹੀਂ ਕਰ ਸਕਦੀ, ਯਾਨੀ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਬਿਆਨ ਸੁਪਰੀਮ ਕੋਰਟ ਨੇ ਵੀ ਨਹੀਂ ਦਿੱਤਾ, ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦਾ ਅਮਲ ਹੈ ਜਿਹੜਾ ਉਹ ਰੋਕਿਆ ਜਾਵੇ, ਲਾਗੂ ਕਰਨ 'ਤੇ ਰੋਕ ਲਾਈ ਜਾਵੇ, ਖੇਤੀ ਕਾਨੂੰਨ ਰੱਦ ਨਾ ਕੀਤੇ ਜਾਣ। ਇਹ ਜਿਹੜਾ ਇਹਦੇ ਵਿੱਚ ਥੋੜ੍ਹਾ ਟਵਿਸਟ ਹੈਗਾ ਆ। ਅਤੇ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਇਹ ਨਹੀਂ ਕਰ ਸਕਦੀ ਤਾਂ ਇਹ ਕੰਮ ਸੁਪਰੀਮ ਕੋਰਟ ਆਪ ਕਰ ਦੇਵੇਗੀ। ਜਦੋਂ ਸਰਕਾਰ ਨੇ 15 ਜਨਵਰੀ ਦੀ ਗੱਲਬਾਤ ਦਾ ਸਮਾਂ ਦੇਣ ਦੀ ਅਪੀਲ ਕੀਤੀ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਜੋ ਤੈਅ ਕਰਨਾ ਅੱਜ ਹੀ ਤੈਅ ਕਰੋ। ਸੁਪਰੀਮ ਕੋਰਟ ਦੇ ਵਿੱਚ ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰ ਮਨੋਜ ਝਾਅ ਦੇ ਵੱਲੋਂ ਖੇਤੀ ਕਾਨੂੰਨਾਂ ਦੀ ਸੰਵਿਧਾਨਿਕ ਮਾਨਤਾ ਬਾਰੇ ਪਾਈ ਪਟੀਸ਼ਨ 'ਤੇ ਸੁਣਵਾਈ ਹੋਈ ਸੀ। ਚੀਫ਼ ਜਸਟਿਸ SA ਬੋਬੜੇ ਦੀ ਅਗਵਾਈ ਦੇ ਵਿੱਚ 3 ਮੈਂਬਰੀ ਬੈਂਚ ਨੇ ਕਿਹਾ ਕਿ ਅਦਾਲਤ ਸਰਕਾਰ ਦੇ ਇਸ ਮਸਲੇ ਨੂੰ ਨਜਿੱਠਣ ਦੇ ਤਰੀਕੇ ਤੋਂ ਨਾਰਾਜ਼ ਹੈ। ਕੇਂਦਰ ਸਰਕਾਰ ਵੱਲੋਂ ਅਟਾਰਨੀ ਜਨਰਲ KK ਵੇਣੁਗੋਪਾਲ ਨੇ ਸਰਕਾਰ ਦਾ ਪੱਖ ਰੱਖਿਆ। ਜਦੋਂ ਅਦਾਲਤ ਨੇ ਕਿਹਾ ਕਿ ਕਾਨੂੰਨ ਤੁਸੀਂ ਲਾਗੂ ਕਰਨੇ ਰੋਕੋ ਜਾਂ ਫਿਰ ਅਸੀਂ ਰੋਕ ਲਾਈਏ, ਤਾਂ ਉਹਨਾਂ ਨੇ ਕਿਹਾ ਕਿ ਕਾਨੂੰਨਾਂ 'ਤੇ ਰੋਕ ਅਸੀਂ ਨਹੀਂ ਲਾ ਸਕਦੇ, ਸਰਕਾਰ ਕਾਨੂੰਨਾਂ 'ਤੇ ਰੋਕ ਨਹੀਂ ਲਾ ਸਕਦੀ। ਤਾਂ ਅਦਾਲਤ ਨੇ ਕਿਹਾ ਕਿ ਅਸੀਂ ਕਾਨੂੰਨ ਉੱਤੇ ਨਹੀਂ ਇਸ ਨੂੰ ਲਾਗੂ ਕਰਨ 'ਤੇ ਰੋਕ ਲਾਉਣ ਦੀ ਗੱਲ ਕਰ ਰਹੇ ਹਾਂ। ਯਾਨੀ ਕਿ ਸੁਪਰੀਮ ਕੋਰਟ ਵੀ ਗੱਲ ਉਹੀ ਕਹਿ ਰਹੀ ਹੈ ਜਿਹੜੀ ਕਿਸਾਨਾਂ ਨੂੰ ਮਨਜ਼ੂਰ ਨਹੀਂ। ਕਿਸਾਨ ਤਾਂ ਸਿੱਧਾ ਸਿੱਧਾ ਚਾਹੁੰਦੇ ਨੇ ਕਿ ਕਾਨੂੰਨ ਰੱਦ ਕੀਤੇ ਜਾਣ, ਪਰ ਸੁਪਰੀਮ ਕੋਰਟ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਦੇ ਉੱਤੇ ਰੋਕ ਲਾਈ ਜਾਵੇ। ਸੋ ਸਾਰੀਆਂ ਤਰ੍ਹਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਚੀਫ਼ ਜਸਟਿਸ ਉੱਠ ਕੇ ਚਲੇ ਗਏ ਅਤੇ ਅਦਾਲਤ ਨੂੰ ਕਿਹਾ ਕਿ ਇਸ ਮਾਮਲੇ ਉੱਤੇ ਕੋਈ ਫੈਸਲਾ ਜਿਹੜਾ ਉਹ ਸੁਣਾਇਆ ਜਾਵੇਗਾ। ਸੋ ਅਦਾਲਤ ਦੇ ਵਿੱਚ ਸਰਕਾਰ ਦੀ ਚੰਗੀ ਝਾੜ ਝੰਬ ਕਰਦਿਆਂ ਸਿਖਰਲੀ ਅਦਾਲਤ ਨੇ ਕਿਹਾ ਕਿ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਜਾਨ ਜਾ ਰਹੀ ਹੈ, ਅਜਿਹੇ ਵਿੱਚ ਸਰਕਾਰ ਇਹਨਾਂ ਕਾਨੂੰਨਾਂ 'ਤੇ ਰੋਕ ਲਾਏਗੀ ਜਾਂ ਫਿਰ ਅਦਾਲਤੀ ਕੋਈ ਹੁਕਮ ਜਾਰੀ ਕਰੇ। ਜਾਨਾਂ ਜਾ ਰਹੀਆਂ ਨੇ, ਇਹਦੇ ਲਈ ਅਸੀਂ ਸਾਰੇ ਜ਼ਿੰਮੇਵਾਰ ਹੋਵਾਂਗੇ। ਅਦਾਲਤ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਸਰਕਾਰ ਦੀ ਕਿਸਾਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ, ਉਸ ਤੋਂ ਕੋਈ ਹੱਲ ਨਿਕਲਦਾ ਦਿਸਦਾ ਨਹੀਂ ਹੈਗਾ, ਉਸ ਤੋਂ ਅਦਾਲਤ ਬੇਹੱਦ ਨਿਰਾਸ਼ ਹੈ। ਸੁਪਰੀਮ ਕੋਰਟ ਨੇ RM ਲੋਢਾ ਸਹਿਤ ਸਾਰੇ ਸਾਬਕਾ ਚੀਫ਼ ਜਸਟਿਸਾਂ ਦੇ ਨਾਂ ਨੇ ਜਿਹੜੇ ਉਹ ਵੀ ਸੁਝਾਏ ਨੇ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਜਾਰੀ ਪ੍ਰਦਰਸ਼ਨਾਂ ਦਾ ਹੱਲ ਕੱਢਣ ਦੇ ਲਈ ਇੱਕ ਕਮੇਟੀ ਹੈ ਜਿਹੜੀ ਉਹ ਬਣਾਉਣੀ ਚਾਹੀਦੀ ਹੈ, ਅਤੇ ਉਹਨਾਂ ਨੇ ਸਾਬਕਾ ਚੀਫ਼ ਜਸਟਿਸਾਂ ਦੇ ਨਾਂ ਵੀ ਸੁਝਾਏ ਨੇ। ਬੋਬੜੇ ਨੇ ਕਿਹਾ ਕਿ ਮੈਂ ਇਹ ਕਹਿਣ ਦਾ ਜੋਖਮ ਚੁੱਕਣਾ ਚਾਹੁੰਦਾ ਕਿ ਪ੍ਰਦਰਸ਼ਨ ਕਰ ਰਹੇ ਕਿਸਾਨ ਆਪਣੇ ਘਰਾਂ ਨੂੰ ਮੁੜ ਜਾਣ। ਅਸੀਂ ਸਾਡੇ ਵੱਲੋਂ ਨਿਯੁਕਤ ਕੀਤੀ ਜਾਣ ਵਾਲੀ ਕਮੇਟੀ ਦੇ ਜ਼ਰੀਏ ਖੇਤੀ ਕਾਨੂੰਨਾਂ ਦੀ ਮੁਸ਼ਕਲ ਦੇ ਹੱਲ ਲਈ ਹੁਕਮ ਜਾਰੀ ਕਰਨ ਦੀ ਤਜਵੀਜ਼ ਰੱਖ ਰਹੇ ਹਾਂ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਸਾਨੂੰ ਇਹ ਕਹਿੰਦੇ ਅਫਸੋਸ ਹੈ ਕਿ ਕੇਂਦਰ ਇਸ ਸਮੱਸਿਆ 'ਤੇ ਜਿਹੜਾ ਕੋਈ ਵੀ ਹੱਲ ਕੇਂਦਰ ਸਰਕਾਰ ਹੈ ਜਿਹੜੀ ਉਹ ਨਹੀਂ ਕੱਢ ਸਕੀ। ਹਾਲਾਂਕਿ ਅਦਾਲਤ ਦੇ ਵਿੱਚ ਇਹ ਵੀ ਜੱਜਾਂ ਨੇ ਕਿਹਾ ਕਿ ਜਿਹੜਾ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ, ਨਾਗਰਿਕਾਂ ਦਾ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ, ਉਸ 'ਤੇ ਅਦਾਲਤ ਵੀ ਕੁਛ ਨਹੀਂ ਕਰ ਸਕਦੀ, ਉਹ ਪ੍ਰੋਟੈਸਟ ਕਰਨ ਦੇ ਹੱਕਦਾਰ ਨੇ। ਇਹ ਕਿਹਾ ਹੈ ਅੱਜ ਅਦਾਲਤ ਨੇ। ਸਿਖਰਲੀ ਅਦਾਲਤ ਨੇ ਕੇਂਦਰ ਨੂੰ ਸਵਾਲ ਪੁੱਛਿਆ ਕਿ ਵਟਸ ਗੋਇੰਗ ਔਨ, ਕੀ ਚੱਲ ਰਿਹਾ ਆਖਿਰਕਾਰ, ਸੂਬਾ ਸਰਕਾਰਾਂ ਦੇ ਵੱਲੋਂ ਤੁਹਾਡੇ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਹਾਲ ਦੀ ਘੜੀ ਵਿੱਚ ਖੇਤੀ ਕਾਨੂੰਨਾਂ ਤੇ ਲੀਕ ਮਾਰਨ ਦੀ ਗੱਲ ਹੈ ਜਿਹੜੀ ਉਹ ਨਹੀਂ ਕਰ ਰਹੀ ਸਰਕਾਰ ਤੇ ਮੌਜੂਦਾ ਹਾਲਾਤ ਬੜੇ ਨਾਜ਼ੁਕ ਹੁੰਦੇ ਜਾ ਰਹੇ ਨੇ। ਤਿੰਨ ਮੈਂਬਰੀ ਬੈਂਚ ਨੇ ਕੇਂਦਰ ਸਰਕਾਰ ਨੂੰ ਕਿਹਾ ਸਾਨੂੰ ਨਹੀਂ ਪਤਾ ਤੁਸੀਂ ਇਸ ਮਸਲੇ ਦੇ ਹੱਲ ਦਾ ਹਿੱਸਾ ਹੋ ਜਾਂ ਇਸ ਸਮੱਸਿਆ ਦਾ ਹਿੱਸਾ ਹੋ। ਬੜੀ ਵੱਡੀ ਗੱਲ ਕਹੀ ਹੈ ਅਦਾਲਤ ਨੇ, ਕਹਿੰਦੇ ਸਾਡੇ ਕੋਲ ਇੱਕ ਵੀ ਪਟੀਸ਼ਨ ਅਜਿਹੀ ਨਹੀਂ ਆਈ ਜਿਹੜੀ ਕਹਿੰਦੀ ਹੋਵੇ ਕਿ ਖੇਤੀ ਕਾਨੂੰਨ ਲਾਹੇਵੰਦ ਨੇ। ਅਦਾਲਤ ਨੇ ਕਿਹਾ ਸਾਡਾ ਇਰਾਦਾ ਬਿਲਕੁਲ ਸਾਫ਼ ਹੈ, ਅਸੀਂ ਚਾਹੁੰਦੇ ਹਾਂ ਇਸ ਮਸਲੇ ਦਾ ਦੋਸਤਾਨਾ ਹੱਲ ਨਿਕਲੇ। ਇਹੀ ਵਜ੍ਹਾ ਹੈ ਕਿ ਅਸੀਂ ਪਿਛਲੀ ਸੁਣਵਾਈ ਦੌਰਾਨ ਤੁਹਾਨੂੰ ਪੁੱਛਿਆ ਸੀ ਕਿ ਤੁਸੀਂ ਇਹਨਾਂ ਕਾਨੂੰਨਾਂ ਦੇ ਅਮਲ ਉੱਤੇ ਰੋਕ ਕਿਉਂ ਨਹੀਂ ਲਾਉਂਦੇ, ਤੁਸੀਂ ਸਮਾਂ ਮੰਗਦੇ ਰਹੇ। ਅਸੀਂ ਕਾਨੂੰਨ ਦੇ ਗੁਣਾ ਦੋਸ਼ਾਂ ਵਿੱਚ ਨਹੀਂ ਜਾ ਰਹੇ, ਅਸੀਂ ਇਹਨਾਂ ਨੂੰ ਰੱਦ ਕੀਤੇ ਜਾਣ ਦੀ ਗੱਲ ਵੀ ਨਹੀਂ ਕਰ ਰਹੇ, ਪਰ ਹਾਲਾਤ ਬਹੁਤ ਨਾਜ਼ੁਕ ਨੇ, ਤੁਸੀਂ ਕਿਉਂ ਨਹੀਂ ਸੰਭਾਲ ਪਾ ਰਹੇ। ਤੇ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਪੇਸ਼ ਹੋਏ ਸੀ, ਉਹਨਾਂ ਨੇ ਤਾਂ ਇੱਥੋਂ ਤੱਕ ਵੀ ਅਦਾਲਤ ਨੂੰ ਕਿਹਾ ਕਿ ਅਸੀਂ ਇਸ ਮਸਲੇ ਦੇ ਹੱਲ ਦਾ ਹਿੱਸਾ ਹਾਂ, ਸਮੱਸਿਆ ਦਾ ਹਿੱਸਾ ਨਹੀਂ ਹਾਂ। ਸਾਡੇ ਕੋਲ ਕਈ ਕਿਸਾਨ ਜਥੇਬੰਦੀਆਂ ਅਜਿਹੀਆਂ ਵੀ ਪਹੁੰਚੀਆਂ ਨੇ ਜਿਹੜੀਆਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਨੇ, ਉਹਨਾਂ ਕਿਸਾਨਾਂ ਨੂੰ ਇਹਨਾਂ ਖੇਤੀ ਕਾਨੂੰਨਾਂ ਦੇ ਨਾਲ ਕੋਈ ਸਮੱਸਿਆ ਨਹੀਂ ਹੈ, ਇਸ ਕਰਕੇ ਅਸੀਂ ਕਿਵੇਂ ਇਹਨਾਂ ਕਿਸਾਨਾਂ ਦੀ ਗੱਲਬਾਤ ਹੈ ਜਿਹੜੀ ਉਹ ਸੁਣ ਸਕਦੇ ਹਾਂ। ਸੋ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਇਹ ਸੁਣਵਾਈ ਹੋਈ ਹੈ ਉਸ 'ਤੇ ਬੀਜੇਪੀ ਦੇ ਕੁਛ ਲੀਡਰਾਂ ਦਾ ਕੀ ਰਿਐਕਸ਼ਨ ਹੈ ਅਤੇ ਕਿਸਾਨਾਂ ਦਾ ਕੀ ਰਿਐਕਸ਼ਨ ਹੈ? ਸਭ ਤੋਂ ਪਹਿਲਾਂ ਕਿਸਾਨਾਂ ਦੀ ਪ੍ਰਤੀਕਿਰਿਆ ਜਾਣ ਲੈਂਦੇ ਹਾਂ। ਕਿਸਾਨ ਲੀਡਰ ਕੀ ਕਹਿੰਦੇ ਨੇ? ਉਹ ਕਹਿੰਦੇ ਖੇਤੀ ਕਾਨੂੰਨਾਂ ਦੇ ਅਮਲ ਦੇ ਉੱਤੇ ਰੋਕ ਸਾਡੀ ਸਮੱਸਿਆ ਦਾ ਹੱਲ ਨਹੀਂ ਹੈ। ਸੁਪਰੀਮ ਕੋਰਟ ਜਾਂ ਸਰਕਾਰ ਚਾਹੇ ਕਾਨੂੰਨਾਂ ਦੇ ਅਮਲ 'ਤੇ ਰੋਕ ਲਾ ਦੇਣ, ਫਿਰ ਵੀ ਸਾਡਾ ਸੰਘਰਸ਼ ਹੈ ਜਿਹੜਾ ਉਹ ਜਾਰੀ ਰਹੇਗਾ। ਕਿਸਾਨ ਲੀਡਰਾਂ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਸੁਪਰੀਮ ਕੋਰਟ ਕਾਨੂੰਨਾਂ ਦੇ ਅਮਲ 'ਤੇ ਰੋਕ ਲਾਉਂਦੀ ਹੈ, ਯਾਨੀ ਕਿ ਲਾਗੂ ਕਰਨ 'ਤੇ ਰੋਕ ਲਾਉਂਦੀ ਹੈ, ਤਾਂ ਵੀ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਅਤੇ ਉਹਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਜਿਹੜੇ ਪ੍ਰਧਾਨ ਹੈਗੇ ਨੇ ਗੁਰਨਾਮ ਸਿੰਘ ਚੜੂਨੀ, ਉਹਨਾਂ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦਾ ਸਵਾਗਤ ਕਰਦੇ ਹਾਂ, ਪਰ ਕਿਸਾਨੀ ਸੰਘਰਸ਼ ਨੂੰ ਖਤਮ ਕਰਨਾ ਕੋਈ ਹੱਲ ਨਹੀਂ ਹੈ। ਖੇਤੀ ਕਾਨੂੰਨਾਂ ਦੇ ਅਮਲ ਦੇ ਉੱਤੇ ਰੋਕ ਸਿਰਫ ਨਿਰਧਾਰਿਤ ਸਮੇਂ ਲਈ ਹੀ ਲਾਈ ਜਾਏਗੀ ਜਦੋਂ ਤੱਕ ਸੁਪਰੀਮ ਕੋਰਟ ਇਸ ਮਸਲੇ ਦੇ ਉੱਤੇ ਮੁੜ ਗੌਰ ਨਹੀਂ ਕਰ। ਸੋ ਕਿਸਾਨ ਲੀਡਰਾਂ ਨੇ ਆਪਣਾ ਜਵਾਬ ਦੇ ਦਿੱਤਾ ਹੈ ਕਿ ਕਿਸਾਨ ਮੂਰਖ ਨਹੀਂ ਹੈਗੇ, ਕਾਨੂੰਨਾਂ ਦੇ ਅਮਲ ਦੇ ਉੱਤੇ ਰੋਕ ਹੈ, ਉਹ ਮਸਲੇ ਦਾ ਹੱਲ ਨਹੀਂ ਹੈ, ਰੱਦ ਕਰਨ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਪੰਜਾਬ ਕਿਸਾਨ ਯੂਨੀਅਨ ਦੇ ਜਿਹੜੇ ਪ੍ਰਧਾਨ ਹੈਗੇ ਨੇ ਰੁਲਦੂ ਸਿੰਘ ਮਾਨਸਾ, ਉਹਨਾਂ ਨੇ ਕਿਹਾ ਕਿ ਇਹ ਅੰਦੋਲਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨਾਲ ਸ਼ੁਰੂ ਹੋਇਆ ਸੀ ਅਤੇ ਲੜਾਈ ਜਿੱਤਣ ਦੇ ਨਾਲ ਹੀ ਇਹ ਖਤਮ ਹੋਏਗਾ, ਯਾਨੀ ਕਿ ਰੱਦ ਹੋਣ ਦੇ ਨਾਲ ਹੀ ਇਹ ਸੰਘਰਸ਼ ਖਤਮ ਹੋਏਗਾ, ਨਹੀਂ ਇਹ ਸੰਘਰਸ਼ ਖਤਮ ਨਹੀਂ ਹੋਏਗਾ। ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਪ੍ਰਧਾਨ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਕਿਸਾਨ ਆਗੂ ਆਪਣੇ ਵਕੀਲਾਂ ਦੇ ਨਾਲ ਸਲਾਹ ਮਸ਼ਵਰਾ ਕਰ ਰਹੇ ਨੇ, ਸੁਪਰੀਮ ਕੋਰਟ ਵੱਲੋਂ ਆਪਣਾ ਫੈਸਲਾ ਸੁਣਾਏ ਜਾਣ ਤੋਂ ਬਾਅਦ ਹੀ ਰਸਮੀ ਜਵਾਬ ਹੈ ਜਿਹੜਾ ਉਹ ਦਾਖਲ ਕੀਤਾ ਜਾਏਗਾ। ਪੰਜਾਬ ਤੋਂ ਬੀਜੇਪੀ ਲੀਡਰ ਨੇ ਸੁਰਜੀਤ ਕੁਮਾਰ ਜਿਆਣੀ ਜਿਹੜੇ ਕਿ ਕਿਸਾਨਾਂ ਦੇ ਵਿਰੋਧ ਦੇ ਵਿੱਚ ਬੜੇ ਤਿੱਖੇ ਬਿਆਨ ਦੇ ਰਹੇ ਨੇ ਤੇ ਕਿਸਾਨਾਂ ਦੀ ਅੱਖ ਦੇ ਵਿੱਚ ਵੀ ਰੜਕ ਰਹੇ ਨੇ, ਇਸੇ ਕਰਕੇ ਕੱਲ ਕਿਸਾਨਾਂ ਨੇ ਉਹਨਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਵੀ ਦਿੱਤਾ। ਜਿਆਣੀ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਜੋ ਵੀ ਫੈਸਲਾ ਆਏਗਾ ਅਸੀਂ ਮੰਨਾਂਗੇ, ਪਰ ਜਿੱਤ ਸਾਡੀ ਹੀ ਹੋਵੇਗੀ। ਉਹਨਾਂ ਨੇ ਕਿਹਾ ਕਿ ਕਾਨੂੰਨ ਨੇ ਜਿਹੜੇ ਉਹ ਰੱਦ ਨਹੀਂ ਹੋਣਗੇ, ਇਹ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਅਦਾਲਤ ਦੇ ਵਿੱਚ ਵੀ ਅਸੀਂ ਹੀ ਜਿੱਤਾਂਗੇ। ਜਿਆਣੀ ਨੇ ਕਿਹਾ ਕਿ ਮੈਂ ਦੇਸ਼ ਦੇ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇੱਕ ਵਾਰ ਪ੍ਰਧਾਨ ਮੰਤਰੀ ਮੋਦੀ 'ਤੇ ਇਤਬਾਰ ਕਰਕੇ ਤਾਂ ਵੇਖੋ, ਜੇ ਕੋਈ ਫਾਇਦਾ ਨਾ ਹੋਏ ਤਾਂ ਅਗਲੀ ਵਾਰ ਕੋਈ ਹੋਰ ਸਰਕਾਰ ਬਣਾ ਲਿਓ। ਕਿਸਾਨ ਜਥੇਬੰਦੀਆਂ ਦੀ ਮਸਲੇ ਦਾ ਹੱਲ ਕੱਢਣ ਦੀ ਕਹਿੰਦੇ ਨੀਅਤ ਹੀ ਨਹੀਂ ਆ, ਅਸੀਂ ਤਾਂ ਬੈਠਕਾਂ ਕਰ ਰਹੇ ਹਾਂ ਅਤੇ ਸੁਪਰੀਮ ਕੋਰਟ ਦੇ ਵਿੱਚ ਅਸੀਂ ਜਿੱਤਾਂਗੇ। ਜਿਆਣੀ ਨੇ ਫਿਰ ਕਿਹਾ, ਕਹਿੰਦੇ ਕਿਸਾਨਾਂ ਦੇ ਪਿੱਛੇ ਕੋਈ ਤਾਕਤਾਂ ਨੇ ਜਿਨ੍ਹਾਂ ਦੇ ਨਾਲ ਮਿਲ ਕੇ ਅੰਦੋਲਨ ਕਰ ਰਹੇ ਨੇ, ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਨਹੀਂ ਕਰ ਰਹੇ, ਇਹ ਮੋਦੀ ਸਰਕਾਰ ਦਾ ਵਿਰੋਧ ਕਰ ਰਹੇ ਨੇ। ਅਤੇ ਜੇ ਕਿਸਾਨਾਂ ਦੀ ਮੁੱਛ ਦਾ ਸਵਾਲ ਬਣ ਗਿਆ ਤਾਂ ਫਿਰ ਤਾਂ ਪਤਾ ਨਹੀਂ ਇਹ ਗੱਲ ਕਿੱਥੇ ਤੱਕ ਜਾਵੇਗੀ, ਪਰ ਜੇ ਇਹ ਕਿਸਾਨ ਦੀ ਗੱਲ ਹੈ ਤਾਂ ਫਿਰ ਇੱਕ ਘੰਟੇ ਵਿੱਚ ਹੀ ਇਸ ਮਸਲੇ ਦਾ ਹੱਲ ਹੈ ਜਿਹੜਾ ਉਹ ਹੋ ਜਾਏਗਾ, ਪਰ ਕਿਸਾਨਾਂ ਨੇ ਇਸ ਨੂੰ ਮੁੱਛ ਦਾ ਸਵਾਲ ਬਣਾ ਲਿਆ। ਜਿਹੜਾ ਕੱਲ੍ਹ ਕਿਸਾਨ ਲੀਡਰਾਂ ਨੇ ਸੁਰਜੀਤ ਕੁਮਾਰ ਜਿਆਣੀ ਅਤੇ ਹਰਜੀਤ ਸਿੰਘ ਗਰੇਵਾਲ ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ ਹੈ, ਉਸ 'ਤੇ ਵੀ ਸੁਰਜੀਤ ਜਿਆਣੀ ਨੇ ਪ੍ਰਤੀਕਰਮ ਦਿੱਤਾ ਹੈ, ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਬਾਈਕਾਟ ਕਰਨ ਵਾਲੇ ਕਿਸਾਨ ਕੌਣ ਹੁੰਦੇ ਨੇ? ਕਿਸਾਨ ਜਥੇਬੰਦੀਆਂ ਦੀ ਬਿੱਲੀ ਹੌਲੀ ਹੌਲੀ ਥੈਲੇ 'ਚੋਂ ਬਾਹਰ ਆ ਰਹੀ ਹੈ, ਇਹ ਤਾਲਿਬਾਨੀ ਫਰਮਾਨ ਸੁਣਾ ਰਹੇ ਨੇ। ਇਹਨਾਂ ਦੇ ਮਨ ਦੇ ਵਿੱਚ ਡਰ ਬਹਿ ਗਿਆ ਕਿ ਉਹ ਕਿਸਾਨਾਂ ਨੂੰ ਝੂਠ ਬੋਲ ਕੇ ਦਿੱਲੀ ਮੋਰਚੇ 'ਤੇ ਲੈ ਗਏ ਨੇ ਕਿ ਤੁਹਾਡੀਆਂ ਜ਼ਮੀਨਾਂ ਖੁੱਸ ਜਾਣਗੀਆਂ ਅਤੇ ਕਾਰਪੋਰੇਟ ਘਰਾਣੇ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਲੈਣਗੇ, ਪਰ ਇਹ ਅਸਲ ਦੇ ਵਿੱਚ ਕਿਸਾਨ ਨਹੀਂ ਹੈਗੇ, ਇਹਨਾਂ ਦੇ ਪਿੱਛੇ ਹੋਰ ਤਾਕਤਾਂ ਨੇ। ਉਹਨਾਂ ਨੇ ਕਿਹਾ ਕਿ ਕਿਸਾਨ ਮਸਲੇ ਦਾ ਹੱਲ ਨਹੀਂ ਕਰਨਾ ਚਾਹੁੰਦੇ, ਖੁਦ 3 ਮਹੀਨੇ ਕਿਸਾਨਾਂ ਦੇ ਨਾਲ ਮੈਂ ਲੱਗਿਆ ਰਿਹਾ, ਪਰ ਫਿਰ ਮੈਨੂੰ ਲੱਗਿਆ ਕਿ ਇਹਨਾਂ ਦੀ ਨੀਅਤ ਮਸਲੇ ਨੂੰ ਹੱਲ ਕਰਨ ਦੀ ਹੈ ਹੀ ਨਹੀਂ। ਅਤੇ ਕਰਨਾਲ ਦੇ ਵਿੱਚ ਜੋ ਕੱਲ੍ਹ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਹੋਇਆ ਹੈ, ਉਸ ਦੀ ਵੀ ਨਿੰਦਿਆ ਕੀਤੀ ਹੈ ਸੁਰਜੀਤ ਜਿਆਣੀ ਨੇ, ਕਿਹਾ ਕਿ ਲੋਕਤੰਤਰ ਸਾਰਿਆਂ ਲਈ ਹੈ ਅਤੇ ਸਾਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਅਤੇ ਇਹ ਸਾਨੂੰ ਲੋਕਾਂ ਵਿੱਚ ਆਪਣੀ ਗੱਲ ਰੱਖਣ ਤੋਂ ਰੋਕ ਰਹੇ ਨੇ, ਸਾਨੂੰ ਵੀ ਪੰਜਾਬ ਵਿੱਚ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਉਹਨਾਂ ਕਿਹਾ ਕਿ ਇਹ ਕਾਨੂੰਨ ਤਾਂ 20 ਸਾਲ ਪਹਿਲਾਂ ਆ ਜਾਣਾ ਚਾਹੀਦਾ ਸੀ ਤਾਂ ਕਿ ਫਸਲੀ ਚੱਕਰ 'ਚੋਂ ਨਿਕਲ ਕੇ ਕਿਸਾਨ ਤਰੱਕੀ ਵੱਲ ਜਾ ਸਕਣ।
ਕੱਲ ਜੋ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ ਹੋਣੀ ਸੀ, ਕਿਸਾਨ ਮਹਾਪੰਚਾਇਤ ਹੋਣੀ ਸੀ, ਉਸ ਮੌਕੇ ਭੰਨਤੋੜ ਹੋਈ ਸੀ ਤਾਂ ਹਰਿਆਣਾ ਦੇ ਜਿਹੜੇ ਵੱਡੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਉਹਨਾਂ ਨੇ ਆਪਣਾ ਬਿਆਨ ਜਾਰੀ ਕੀਤਾ। ਆਪਣੇ ਫੇਸਬੁੱਕ ਪੇਜ ਤੋਂ ਵੀ ਉਹਨਾਂ ਨੇ ਬਿਆਨ ਜਾਰੀ ਕੀਤਾ ਤੇ ਵੱਖ-ਵੱਖ ਚੈਨਲਾਂ ਨੂੰ ਜਿਨ੍ਹਾਂ ਨੂੰ ਵੀ ਇੰਟਰਵਿਊ ਉਹਨਾਂ ਨੇ ਦਿੱਤਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਿਹਾ ਸੀ ਕਿ ਕਿਸਾਨਾਂ ਦੀ ਮਹਾਪੰਚਾਇਤ ਨਾ ਰੱਖੋ, ਪਰ ਉਹ ਨਹੀਂ ਮੰਨੇ। ਦਰਅਸਲ ਕੱਲ ਸ਼ਾਮ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗੁਰਨਾਮ ਸਿੰਘ ਚੜੂਨੀ ਨੂੰ ਇਸ ਦਾ ਜ਼ਿੰਮੇਵਾਰ ਦੱਸਿਆ ਸੀ। ਉਹਨਾਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮਹਾਪੰਚਾਇਤ ਦਾ ਬਾਈਕਾਟ ਕੀਤਾ ਸੀ, ਪਰ ਫਿਰ ਵੀ ਉਹਨਾਂ ਨੇ ਰੈਲੀ ਰੱਖ ਲਈ। ਅਸੀਂ ਪ੍ਰਸ਼ਾਸਨ ਨੂੰ ਵੀ ਕਿਹਾ ਸੀ, ਪ੍ਰਸ਼ਾਸਨ ਨੇ ਵੀ ਉਹਨਾਂ ਨੂੰ ਕਿਹਾ ਸੀ ਕਿ ਮਾਹੌਲ ਸਹੀ ਨਹੀਂ ਹੈ, ਤੁਸੀਂ ਰੈਲੀ ਨਾ ਕਰੋ, ਪਰ ਉਹ ਨਹੀਂ ਮੰਨੇ। ਯਾਨੀ ਕਿ ਮੁੱਖ ਮੰਤਰੀ ਖੱਟਰ ਨਹੀਂ ਮੰਨੇ ਤੇ ਫਿਰ ਅਸੀਂ ਵੀ ਉਹਨਾਂ ਦੀ ਰੈਲੀ ਦੇ ਵਿਰੋਧ ਕਰਨ ਦਾ ਫੈਸਲਾ ਲਿਆ। ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਸਾਨੂੰ ਇਹਨਾਂ ਦੀ ਰੈਲੀ ਦੇ ਸਾਹਮਣੇ ਥਾਂ ਦੇਵੋ, ਤਾਂ ਪ੍ਰਸ਼ਾਸਨ ਨੇ ਸਾਨੂੰ ਥਾਂ ਨਹੀਂ ਦਿੱਤੀ। ਤੇ ਜਿਹੜੀ ਤੋੜਫੋੜ ਹੋਈ ਹੈ ਸਟੇਜ ਦੀ, ਉਸ ਬਾਰੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮੈਂ ਸਿਰਫ ਵਿਰੋਧ ਕਰਨ ਲਈ ਕਿਹਾ ਸੀ, ਤੋੜਫੋੜ ਕਰਨ ਲਈ ਨਹੀਂ ਕਿਹਾ ਸੀ। ਮੈਂ ਜ਼ਿੰਮੇਵਾਰੀ ਲੈਂਦਾ ਹਾਂ ਕਿ ਮੈਂ ਕਿਹਾ ਸੀ ਕਿ ਖੱਟਰ ਦੀ ਰੈਲੀ ਦਾ ਹਰ ਤਰੀਕੇ ਦੇ ਨਾਲ ਵਿਰੋਧ ਕਰੋ। ਇਹ ਪਹਿਲਾਂ ਤੋਂ ਹੀ ਹਦਾਇਤ ਦਿੱਤੀ ਹੋਈ ਸੀ ਕਿ ਲੜਨਾ ਨਹੀਂ ਹੈ। ਪ੍ਰਸ਼ਾਸਨ ਨੇ ਉਹਨਾਂ ਨਾਲ ਮਾੜਾ ਸਲੂਕ ਕੀਤਾ ਤਾਂ ਕਿਸਾਨਾਂ ਨੂੰ ਗੁੱਸਾ ਆਇਆ। ਹਾਂ, ਮੈਂ ਇਹ ਕਹਿਣਾ ਚਾਹੁੰਦਾ ਕਿ ਤੋੜਫੋੜ ਕਰਨ ਦੀ ਬਜਾਏ ਉਸੇ ਸਟੇਜ ਤੋਂ ਕਿਸਾਨ ਭਾਸ਼ਣ ਦਿੰਦੇ। ਇੰਨੀ ਕੁ ਗਲਤੀ ਰਹੀ ਹੈ ਕਿ ਮੁੱਖ ਮੰਤਰੀ ਦੀ ਰੈਲੀ ਜਦੋਂ ਰੱਦ ਹੋ ਗਈ ਸੀ ਤੁਹਾਡੇ ਵਿਰੋਧ ਦੇ ਕਾਰਨ, ਤੁਸੀਂ ਤੋੜਫੋੜ ਕਰਨ ਦੀ ਬਜਾਏ ਉਸੇ ਸਟੇਜ 'ਤੇ ਜਾ ਕੇ ਭਾਸ਼ਣ ਦਿੰਦੇ ਤਾਂ ਗੱਲ ਬਣਨੀ ਸੀ। ਚੜੂਨੀ ਨੇ ਕਿਹਾ ਕਿ ਮੈਂ ਆਲੋਚਨਾ ਨਹੀਂ ਕਰਦਾ, ਮੈਂ ਮੰਨਦਾ ਹਾਂ ਕਿ ਉਹ ਸਾਡੇ ਹੀ ਲੋਕ ਸੀ, ਸਾਡੇ ਹੀ ਕਿਸਾਨ ਸੀ, ਲੋਕਾਂ ਦਾ ਗੁੱਸਾ ਸੀ। ਅਸੀਂ ਉਹਨਾਂ ਨੂੰ ਸਮਝਾਵਾਂਗੇ ਜ਼ਰੂਰ ਕਿ ਸਬਰ ਰੱਖੋ, ਪਰ ਅਸੀਂ ਉਹਨਾਂ ਮੁੰਡਿਆਂ ਨੂੰ ਆਪਣੇ ਤੋਂ ਵੱਖ ਨਹੀਂ ਕਰਾਂਗੇ। ਮੇਰਾ ਤਾਂ ਮੰਨਣਾ ਹੈ ਕਿ ਪੂਰੇ ਦੇਸ਼ ਵਿੱਚ ਬੀਜੇਪੀ ਲੀਡਰਾਂ ਦਾ ਅਜਿਹਾ ਵਿਰੋਧ ਜਿਹੜਾ ਹੋਣਾ ਚਾਹੀਦਾ। ਗੁਰਨਾਮ ਸਿੰਘ ਚੜੂਨੀ ਕਿਸਾਨ ਲੀਡਰਾਂ ਦੇ ਵਿੱਚੋਂ ਇੱਕ ਬੜਾ ਹੀ ਨਿਧੜਕ ਤੇ ਬੇਖੌਫ ਚਿਹਰਾ ਹੁਣ ਤੱਕ ਨਿਕਲ ਕੇ ਸਾਹਮਣੇ ਆਏ ਨੇ ਤੇ ਮੰਨੇ ਜਾਂਦੇ ਨੇ। ਉਹਨਾਂ ਨੇ ਜੇ ਉਹ ਕਿਸਾਨ ਸੀ, ਕੱਲ੍ਹ ਚਰਚਾ ਹੋ ਰਹੀ ਸੀ ਕਿਸਾਨ ਸੀ ਜਾਂ ਨਹੀਂ ਸੀ, ਕੋਈ ਸ਼ਰਾਰਤੀ ਆਨਸਰ ਸੀ, ਪਰ ਗੁਰਨਾਮ ਸਿੰਘ ਚੜੂਨੀ ਨੇ ਇਨਕਾਰ ਨਹੀਂ ਕੀਤਾ ਤੇ ਨਾ ਹੀ ਕਿਹਾ ਕਿ ਇਹ ਸਾਡੇ ਸੰਘਰਸ਼ ਦਾ ਹਿੱਸਾ ਨਹੀਂ ਹੋਣਗੇ। ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਗੁੱਸਾ ਆਇਆ ਜਦੋਂ ਉਹਨਾਂ 'ਤੇ ਲਾਠੀਚਾਰਜ ਹੋਇਆ, ਮਾਫ਼ ਕਰਨਾ, ਜਦੋਂ ਉਹਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਸਿੱਟੀਆਂ ਤੇ ਹੰਝੂ ਗੈਸ ਦੇ ਗੋਲੇ ਸੁੱਟੇ, ਉਹਨਾਂ ਨੂੰ ਗੁੱਸਾ ਆਇਆ। ਇੰਡੀਅਨ ਨੈਸ਼ਨਲ ਲੋਕਦਲ ਦੇ ਐਲਨਾਬਾਦ ਤੋਂ ਵਿਧਾਇਕ ਤੇ ਪਾਰਟੀ ਦੇ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਹੈ ਕਿ ਜੇ 26 ਜਨਵਰੀ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ ਇਸ ਚਿੱਠੀ ਨੂੰ ਮੇਰਾ ਅਸਤੀਫਾ ਸਮਝਿਆ ਜਾਏ। ਅਭੈ ਸਿੰਘ ਚੌਟਾਲਾ ਨੇ ਸਿਰਸਾ ਦੇ ਦਰਜਨਾਂ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਖਿਲਾਫ਼ ਲਾਮਬੰਦ ਕੀਤਾ। ਪਿੰਡ ਬੱਕਰੀਆਂ ਵਾਲੀ, ਨਿਰਬਾਨ, ਰਾਏਪੁਰ, ਬਰਾਸਰੀ, ਜੌੜਕੀਆਂ, ਕੁਤਿਆਣਾ, ਜਮਾਲ, ਢੁਕੜਾ, ਬਰੂਵਾਲੀ ਤੇ ਹੋਰ ਪਿੰਡਾਂ ਦੇ ਵਿੱਚ ਉਹਨਾਂ ਨੇ ਜਨ ਸਭਾਵਾਂ ਕੀਤੀਆਂ ਤੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਖਿਲਾਫ਼ ਲਾਮਬੰਦ ਕੀਤਾ ਹੈ। ਯਾਨੀ ਕਿ ਇੱਕ ਵਿਧਾਇਕ ਜਿਹੜੇ INLD ਦੇ ਵਿਧਾਇਕ ਹੈਗੇ ਨੇ ਤੇ ਪਾਰਟੀ ਦੇ ਜਨਰਲ ਸਕੱਤਰ ਵੀ ਨੇ, ਅਭੈ ਸਿੰਘ ਚੌਟਾਲਾ ਇੱਕ ਵੱਡਾ ਨਾਮ ਹੈ, ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਕਿ 26 ਜਨਵਰੀ ਤੱਕ ਦਾ ਅਲਟੀਮੇਟਮ ਦੇ ਦਿੱਤਾ, ਜੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਮੇਰਾ ਅਸਤੀਫਾ ਜਿਹੜਾ ਉਹ ਮਨਜ਼ੂਰ ਕੀਤਾ ਜਾਏ। ਯਾਨੀ ਕਿ ਚਿੱਠੀ ਭੇਜੀ ਹੈ, ਚਿੱਠੀ ਨੂੰ ਫਿਰ ਅਸਤੀਫਾ ਸਮਝਿਆ ਜਾਏ, ਇਹ ਕਿਹਾ ਅਭੈ ਸਿੰਘ ਚੌਟਾਲਾ ਨੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੇਤੀ ਕਾਨੂੰਨਾਂ ਨੂੰ ਛਿੜੇ ਸੰਘਰਸ਼ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਬੀਜੇਪੀ ਸਰਕਾਰ ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ 'ਤੇ ਜੇ ਇਸੇ ਤਰ੍ਹਾਂ ਅੜੀ ਰਹੀ ਤਾਂ ਦੇਸ਼ ਨੂੰ ਜਲਦੀ ਹੀ ਖੁਰਾਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਖਾਦ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਬੀਜੇਪੀ ਹੋਰਨਾਂ ਪਾਰਟੀਆਂ ਦੇ ਬੇਕਾਰ ਲੀਡਰਾਂ ਨੂੰ ਸ਼ਾਮਿਲ ਕਰਕੇ ਇੱਕ ਕਬਾੜ ਪਾਰਟੀ ਬਣ ਕੇ ਰਹਿ ਗਈ ਹੈ। ਮਮਤਾ ਨੇ ਕਿਹਾ ਕਿ ਬੀਜੇਪੀ ਜਿਸ ਦਿਨ ਚੋਣਾਂ ਹਾਰੀ ਪਾਰਟੀ ਦਾ ਕੇਡਰ ਟਰੰਪ ਹਮਾਇਤੀਆਂ ਵਾਂਗੂ ਵਰਤਾ ਕਰੇਗਾ। ਇੱਕ ਵੱਡਾ ਬਿਆਨ ਦਿੱਤਾ ਹੈ, ਇੱਕ ਜਿਹੜਾ ਬੇਧੜਕ ਤਰੀਕੇ ਦੇ ਨਾਲ ਬਿਆਨ ਦੇਣ ਵਾਲੀ ਮੁੱਖ ਮੰਤਰੀ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ। ਉਹਨਾਂ ਨੇ ਇੱਕ ਵੱਡਾ ਬਿਆਨ ਇਹ ਜਿਹੜਾ ਦਿੱਤਾ ਹੈ ਕਿ ਜੇ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਕੋਈ ਫੈਸਲਾ ਨਹੀਂ ਲੈਂਦੀ ਤਾਂ ਦੇਸ਼ ਦੇ ਵਿੱਚ ਖੁਰਾਕ ਸੰਕਟ ਪੈਦਾ ਹੋਏਗਾ। ਰਾਜਸਥਾਨ ਤੋਂ ਖਬਰ ਹੈ ਜਿੱਥੇ ਕਿਸਾਨੀ ਅੰਦੋਲਨ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਵਾਲੇ ਸਾਬਕਾ ਮੰਤਰੀ ਤੇ ਬੀਜੇਪੀ ਵਿਧਾਇਕ ਮਦਨ ਦਿਲਾਵਰ ਦੀ ਵੱਡੇ ਪੱਧਰ ਤੇ ਘੇਰਾਬੰਦੀ ਸ਼ੁਰੂ ਹੋ ਗਈ ਹੈ। ਦਰਅਸਲ ਦਿਲਾਵਰ ਨੇ ਬਿਆਨ ਦਿੱਤਾ ਸੀ ਕਿ ਜਿਹੜਾ ਬਰਡ ਫਲੂ ਹੈ ਉਹ ਕਿਸਾਨਾਂ ਦੇ ਸੰਘਰਸ਼ ਕਰਕੇ ਫੈਲ ਰਿਹਾ। ਬੀਜੇਪੀ ਵਿਧਾਇਕ ਵੱਲੋਂ ਦਿੱਤੇ ਇਸ ਬਿਆਨ ਤੋਂ ਬਾਅਦ ਕੋਟਾ ਦੇ ਵਿੱਚ ਦਿਲਾਵਰ ਦੀ ਰਿਹਾਇਸ਼ ਦੀ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਕਾਂਗਰਸੀ ਵਰਕਰਾਂ ਤੇ ਪੁਲਿਸ ਦੇ ਵਿਚਾਲੇ ਖੂਬ ਧੱਕਾ ਮੁੱਕੀ ਹੋਈ। ਕਾਂਗਰਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦਿਲਾਵਰ ਨੇ ਮਾਫ਼ੀ ਨਾ ਮੰਗੀ ਤਾਂ ਉਸਦਾ ਘਰੋਂ ਨਿਕਲਣਾ ਮੁਸ਼ਕਿਲ ਕਰ ਦਿੱਤਾ ਜਾਏਗਾ। ਕਾਂਗਰਸੀ ਵਰਕਰਾਂ ਨੇ ਦਿਲਾਵਰ ਦੀ ਰਿਹਾਇਸ਼ ਤੇ ਪ੍ਰਦਰਸ਼ਨ ਕੀਤਾ ਤੇ ਉਸਦਾ ਪੁਤਲਾ ਵੀ ਫੂਕਿਆ ਗਿਆ। ਇਸ ਦੌਰਾਨ ਕਾਫ਼ੀ ਹੰਗਾਮਾ ਵੀ ਹੋਇਆ। ਬੀਜੇਪੀ ਵਿਧਾਇਕ ਨੇ ਇਹ ਬਿਆਨ ਦਿੱਤਾ ਸੀ ਕਿ ਕਿਸਾਨ ਅੰਦੋਲਨ ਦੇ ਵਿੱਚ ਬੈਠੇ ਕਿਸਾਨ ਹਰ ਦਿਨ ਚਿਕਨ ਬਿਰਿਆਨੀ ਸਣੇ ਹੋਰ ਲਜੀਜ਼ ਖਾਣੇ ਦੀਆਂ ਪਾਰਟੀਆਂ ਕਰ ਰਹੇ ਨੇ, ਜਿਹਦੇ ਕਾਰਨ ਬਰਡ ਫਲੂ ਦਾ ਜ਼ੋਖਮ ਵੱਧ ਰਿਹਾ ਹੈ। ਲੋਟ ਹਲਕੇ ਨਾਲ ਸੰਬੰਧਿਤ ਦਿੱਲੀ ਧਰਨੇ ਵਿੱਚ ਸ਼ਾਮਿਲ ਹੋਏ ਦੋ ਹੋਰ ਕਿਸਾਨ ਦਾਮ ਤੋੜ ਗਏ ਨੇ। ਦਿੱਲੀ ਧਰਨੇ ਤੋਂ ਕਿਸਾਨੀ ਝੰਡੇ ਦੇ ਵਿੱਚ ਲਪੇਟੀ ਹੋਈ ਉਹਨਾਂ ਦੀ
ਅਰਥੀ ਵਾਪਸ ਪਰਤੀ ਹੈ ਉਹ ਆਪ ਨਹੀਂ ਪਰਤੇ। ਪਿਤਾ ਦੀ ਮ੍ਰਿਤਕ ਦੇਖ ਕੇ ਧੀ ਸਮੇਤ ਸਾਰਾ ਪਰਿਵਾਰ ਤਾਂ ਹਮਾਰ ਕੇ ਰੋਇਆ ਅਤੇ ਨੇੜੇ ਖੜ੍ਹੇ ਹਰ ਵਿਅਕਤੀ ਦੀ ਅੱਖ ਨਮ ਹੋ ਗਈ। ਇਹ ਕਿਸਾਨੀ ਸੰਘਰਸ਼ ਦੇ ਜਿਹੜੇ ਦੁਖਦਾਈ ਪਲ ਹੈਗੇ ਨੇ, ਹੁਣ ਤੱਕ 100 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਤੋਂ ਇਹ ਸਾਰਾ ਸੰਘਰਸ਼ ਸ਼ੁਰੂ ਹੋਇਆ, ਪੰਜਾਬ ਤੋਂ ਲੈ ਕੇ ਦਿੱਲੀ ਤੱਕ ਪਹੁੰਚ ਗਿਆ, ਉਦੋਂ ਤੋਂ ਲੈ ਕੇ ਹੁਣ ਤੱਕ 100 ਤੋਂ ਵੱਧ ਕਿਸਾਨਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ। ਸ਼ਹੀਦ ਦਾ ਦਰਜਾ ਦਿੱਤਾ ਗਿਆ ਹਰਪਿੰਦਰ ਸਿੰਘ ਉਰਫ ਨੀਟੂ ਨੂੰ, ਜਿਸ ਦੀ ਉਮਰ 43 ਸਾਲ ਦੀ ਸੀਗੀ, ਪਿੰਡ ਅਬੁਲ ਖੁਰਾਣਾ ਦਾ ਵਸਨੀਕ ਸੀ ਅਤੇ ਅਕਸਰ ਹੀ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਵਿਅਸਤ ਰਹਿੰਦਾ ਸੀ। ਮਿਲਣਸਾਰ ਹੋਣ ਕਰਕੇ ਇਲਾਕੇ ਦੇ ਵਿੱਚ ਚੰਗਾ ਨਾਮ ਵੀ ਸੀ, ਪਰ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਅਜਿਹਾ ਬੁਖਾਰ ਚੜ੍ਹਿਆ ਕਿ ਹਰਪਿੰਦਰ ਸਿੰਘ ਹਮੇਸ਼ਾ ਹਮੇਸ਼ਾ ਲਈ ਇਸ ਦੁਨੀਆਂ ਤੋਂ ਚਲਿਆ ਗਿਆ। ਇਸ ਦੇ ਨਾਲ ਹੀ ਪਿੰਡ ਲੂੰਡੇਵਾਲਾ ਦੇ ਜਗਦੀਸ਼ ਸਿੰਘ ਨਾਮੀ ਕਿਸਾਨ ਦੀ ਵੀ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਮੌਤ ਹੋ ਗਈ ਹੈ। ਖਬਰ ਮਿਲਣ ਉਪਰੰਤ ਪਿੰਡਾਂ ਦੇ ਨਾਲ ਨਾਲ ਸ਼ਹਿਰ ਦਾ ਮਾਹੌਲ ਵੀ ਗਮਗੀਨ ਹੋ ਗਿਆ। ਬਰਨਾਲਾ ਤੋਂ ਖਬਰ ਹੈ ਜਿੱਥੇ ਪਿੰਡ ਧੌਲਾ ਦੇ ਕਿਸਾਨ ਨਿਰਮਲ ਸਿੰਘ 45 ਸਾਲ ਦੇ ਸਨ, ਉਹਨਾਂ ਦੇ ਵੱਲੋਂ ਦਿੱਲੀ ਕਿਸਾਨੀ ਧਰਨੇ ਤੋਂ ਘਰ ਪਰਤਦਿਆਂ ਖੁਦਕੁਸ਼ੀ ਲੈਣ ਦੀ ਖਬਰ ਮਿਲ ਰਹੀ ਹੈ। ਕਿਸਾਨ ਨਿਰਮਲ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਮੈਂਬਰ ਸੀ। ਦਿੱਲੀ ਧਰਨੇ ਲਈ ਪਿਛਲੇ 15 ਦਿਨਾਂ ਤੋਂ ਪਿੰਡ ਤੋਂ ਰਾਸ਼ਨ ਲਿਜਾਣ ਦੀ ਡਿਊਟੀ ਨਿਭਾ ਰਿਹਾ ਸੀ। ਬੀਤੀ ਰਾਤ ਦਿੱਲੀ ਧਰਨੇ ਤੋਂ ਵਾਪਸ ਘਰੇ ਆ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੇ ਘਰ ਹੁਣ ਪਤਨੀ ਸਮੇਤ ਇੱਕ ਪੁੱਤਰ ਤੇ ਇੱਕ ਧੀ ਰਹਿ ਗਏ ਨੇ। ਕਿਸਾਨ ਲੀਡਰਾਂ ਨੇ ਇਹਨਾਂ ਸਾਰੇ ਕਿਸਾਨਾਂ ਦੇ ਸਿਰ ਜਿਹੜਾ ਕਰਜ਼ਾ ਚੜ੍ਹਿਆ ਹੈ, ਉਹਨਾਂ ਉਸ ਕਰਜ਼ੇ ਤੇ ਸਾਰੇ ਕਰਜ਼ੇ ਤੇ ਲੀਕ ਮਾਰਨ ਦੀ ਮੰਗ ਕੀਤੀ ਹੈ, ਨਾਲ ਹੀ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਵੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਿਸਾਨਾਂ ਵੱਲੋਂ 26 ਜਨਵਰੀ ਨੂੰ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਦੇ ਹੱਕ ਦੇ ਵਿੱਚ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੈਨੂੰ ਟਰੈਕਟਰ ਪਰੇਡ ਲਈ ਸੱਦਾ ਤਾਂ ਨਹੀਂ ਮਿਲਿਆ, ਪਰ ਮੈਂ ਟਰੈਕਟਰ ਪਰੇਡ ਦੇ ਹੱਕ ਦੇ ਵਿੱਚ ਹਾਂ। ਟਰੈਕਟਰ ਪਰੇਡ ਦੇ ਨਾਲ ਮੈਂ ਪੂਰੀ ਤਰ੍ਹਾਂ ਦੇ ਨਾਲ ਸਹਿਮਤ ਹਾਂ ਅਤੇ ਕਿਹਾ ਕਿ ਮੈਨੂੰ ਸੱਦਾ ਨਹੀਂ ਮਿਲਿਆ, ਇਸ ਕਰਕੇ ਮੈਂ ਜ਼ਿਆਦਾ ਕੁਛ ਨਹੀਂ ਬੋਲ ਸਕਦੀ ਕਿ ਟਰੈਕਟਰ ਮਾਰਚ ਦੇ ਵਿੱਚ ਮੈਂ ਸ਼ਾਮਿਲ ਹੋਵਾਂਗੀ ਜਾਂ ਨਹੀਂ ਹੋਵਾਂਗੀ। ਪਰ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਬੇਤੁਕੀਆਂ ਬੈਠਕਾਂ ਕਰਕੇ ਸਮਾਂ ਬਰਬਾਦ ਕਰ ਰਹੀ ਹੈ, ਉਸ ਦੇ ਖਿਲਾਫ ਕਿਸਾਨਾਂ ਨੇ ਰੋਹ ਦੇ ਵਜੋਂ ਜੋ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਉਹ ਬਿਲਕੁਲ ਸਹੀ ਹੈ। ਅਤੇ ਨਾਲ ਹੀ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਦਾ ਜਿਸ ਤਰੀਕੇ ਨਾਲ ਕਿਸਾਨਾਂ ਨੇ ਵਿਰੋਧ ਕੀਤਾ, ਉਸ ਨੂੰ ਵੀ ਹਰਸਿਮਰਤ ਕੌਰ ਬਾਦਲ ਨੇ ਸਹੀ ਦੱਸਿਆ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਜਿਹਾ ਕਰਨ ਲਈ ਸਰਕਾਰਾਂ ਖੁਦ ਮਜਬੂਰ ਕਰ ਰਹੀਆਂ ਨੇ। ਹਰਸਿਮਰਤ ਬਾਦਲ ਨੇ ਕਿਹਾ ਕਿ ਸਰਕਾਰ ਹਰ ਤਰ੍ਹਾਂ ਦੇ ਹੱਥ ਕੰਡੇ ਪਹਿਲਾਂ ਵੀ ਵਰਤਦੀ ਰਹੀ ਹੈ, ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੁਣ ਵੀ ਸਰਕਾਰ ਕਰ ਰਹੀ ਹੈ। ਕਿਸਾਨਾਂ ਦੀਆਂ ਸ਼ਹਾਦਤਾਂ ਹੋ ਰਹੀਆਂ ਨੇ, ਪਰ ਸਰਕਾਰ ਲੋਕਾਂ ਨੂੰ ਮਾਰਨ 'ਤੇ ਤੁਲੀ ਹੋਈ ਹੈ। ਸਰਕਾਰ ਨੂੰ ਲੋਕਾਂ ਦੀ ਤੰਗੀ ਨੂੰ ਸਮਝਦੇ ਹੋਏ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਪੰਗੇ ਲੈਂਦੇ ਰਹਿੰਦੇ ਨੇ ਅਤੇ ਫਿਰ ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਬਿਆਨਾਂ ਦਾ ਜਵਾਬ ਦੇਣ ਤੋਂ ਗੁਰੇਜ਼ ਨਹੀਂ ਕਰਦੇ। ਅਤੇ ਹੁਣ ਆਮ ਆਦਮੀ ਪਾਰਟੀ ਨੇ ਜਿਹੜੇ ਨਵੇਂ ਇੰਚਾਰਜ ਲਾਏ ਨੇ ਪੰਜਾਬ ਦੇ ਰਾਘਵ ਚੱਡਾ, ਉਹਨਾਂ ਨੇ ਬਿਆਨ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਏਜੰਟ ਨੇ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ ਕਿ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨਾਂ ਦੀ ਜ਼ਿੰਦਗੀ ਦੇ ਭਵਿੱਖ ਜ਼ਿੰਦਗੀ ਅਤੇ ਭਵਿੱਖ ਦੇ ਮੁੱਦੇ 'ਤੇ ਕੋਝੀਆਂ ਚਾਲਾਂ ਖੇਡਣੀਆਂ ਬੰਦ ਕਰਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਅਦਾਕਾਰਾ ਕੰਗਣਾ ਰਣੌਤ ਅਤੇ ਕੇਂਦਰੀ ਮੰਤਰੀ ਰਾਓ ਸਾਹਿਬ ਦਾਨਵੇ ਸਮੇਤ ਹੋਰ ਲੀਡਰਾਂ ਦੇ ਖਿਲਾਫ ਜਿਹੜੇ ਕਾਨੂੰਨੀ ਕੇਸ ਲੜਨ ਦੇ ਐਲਾਨ ਕੀਤੇ ਨੇ ਉਹਨਾਂ ਨੂੰ ਖੋਖਲੇ ਦਾਅਵੇ ਦੱਸਿਆ। ਕੈਪਟਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰ ਕੇ ਉਹਨਾਂ ਦੇ ਨਾਲ ਧਰੋਕ ਮਾਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਵੇਲਾ ਆ ਗਿਆ ਅਰਵਿੰਦ ਕੇਜਰੀਵਾਲ ਅਤੇ ਉਸਦੀ ਜੁੰਡਲੀ ਸਿਆਸੀ ਲਾਹਾ ਖੱਟਣ ਲਈ ਅਜਿਹੀਆਂ ਕੋਝੀਆਂ ਚਾਲਾਂ ਚੱਲਣੀਆਂ ਬੰਦ ਕਰੇ, ਕਿਉਂਕਿ ਪਾਰਟੀ ਦੇ ਇਰਾਦਿਆਂ ਤੋਂ ਸਪਸ਼ਟ ਹੈ ਕਿ ਉਹ ਸਿਰਫ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤੇ ਬੀਜੇਪੀ ਦੇ ਇਸ਼ਾਰੇ ਤੇ ਕੋਝੀਆਂ ਚਾਲਾਂ ਚੱਲ ਰਹੇ ਨੇ। ਕੈਪਟਨ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਅਰਵਿੰਦ ਕੇਜਰੀਵਾਲ ਵਰਗਾ ਮੀਸਣਾ ਵਿਅਕਤੀ ਹਮੇਸ਼ਾ ਇੰਝ ਹੀ ਕਰਦਾ ਆਇਆ, ਪਰ ਹੈਰਾਨੀ ਦੀ ਗੱਲ ਹੈ ਕਿ ਉਸਦੀ ਪਾਰਟੀ ਦੇ ਹੋਰ ਲੀਡਰ ਵੀ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦੇਣ ਲਈ ਲਗਾਤਾਰ ਝੂਠ ਬੋਲ ਰਹੇ ਨੇ ਤੇ ਹੁਣ ਲੀਡਰ ਬਹੁਤ ਹੀ ਘਟੀਆ ਤੇ ਨੀਵੇਂ ਦਰਜੇ ਦੇ ਉੱਤੇ ਉਤਰ ਆਏ ਨੇ। ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਿਟਲਰ ਦੀ ਵੱਡੇ ਝੂਠ ਬੋਲਣ ਦੀ ਤਕਨੀਕ ਨੂੰ ਅਪਣਾਉਣਾ ਬੰਦ ਕਰ ਦੇਣ, ਜਿਸ ਤਹਿਤ ਇੰਨਾ ਝੂਠ ਬੋਲ ਕੇ ਉਹ ਪ੍ਰਚਾਰ ਕਰ ਰਹੇ ਨੇ, ਇਸ ਤਰੀਕੇ ਦੇ ਨਾਲ ਪ੍ਰਚਾਰ ਕਰ ਰਹੇ ਨੇ ਕਿ ਲੋਕ ਸੱਚ ਮੰਨ ਲੈਣ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਵਕਤ ਕਿਸਾਨ ਕੌਮੀ ਰਾਜਧਾਨੀ ਵੱਲ ਕੂਚ ਕਰਨ ਦੀ ਤਿਆਰੀ ਕਰ ਰਹੇ ਸੀ, ਉਸ ਵਕਤ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਨੇ ਸ਼ਰਮਨਾਕ ਢੰਗ ਦੇ ਨਾਲ ਖੇਤੀ ਕਾਨੂੰਨ ਲਾਗੂ ਕਰ ਦਿੱਤਾ ਸੀ, ਇੱਕ ਖੇਤੀ ਕਾਨੂੰਨ ਜਿਸ ਤੋਂ ਬਾਅਦ ਪੂਰੀ ਦੁਨੀਆ ਜਾਣ ਗਈ ਹੈ ਕਿ ਬੀਜੇਪੀ ਦਾ ਅਸਲ ਏਜੰਟ ਕੌਣ ਹੈ। ਯੂਪੀ ਤੋਂ ਖਬਰ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਸੋਮਨਾਥ ਭਾਰਤੀ ਦੇ ਉੱਤੇ ਰਾਏ ਬਰੇਲੀ ਦੇ ਵਿੱਚ ਕਾਲੀ ਸਿਆਹੀ ਸੁੱਟੀ ਗਈ। ਯੂਪੀ ਪੁਲਿਸ ਨੇ ਭਾਰਤੀ ਨੂੰ ਬਾਅਦ ਵਿੱਚ ਸੂਬਾ ਸਰਕਾਰ ਤੇ ਸੂਬੇ ਦੇ ਸਰਕਾਰੀ ਹਸਪਤਾਲਾਂ ਖਿਲਾਫ਼ ਕੀਤੀਆਂ
ਹੋਇਆ ਕਥਿਤ ਇਤਰਾਜ਼ਯੋਗ ਟਿੱਪਣੀਆਂ ਦੇ ਲਈ ਗ੍ਰਿਫਤਾਰ ਵੀ ਕਰ ਲਿਆ। ਉਂਜ ਪੁਲਿਸ ਵੱਲੋਂ ਆਪ ਵਿਧਾਇਕ ਤੇ ਸਿਆਹੀ ਸੁੱਟਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਵੀ ਬਰਡ ਫਲੂ ਦੀ ਪੁਸ਼ਟੀ ਹੈ ਜਿਹੜੀ ਉਹ ਹੋ ਚੁੱਕੀ ਹੈ। ਭੋਪਾਲ ਆਧਾਰਿਤ ਲੈਬਾਰਟਰੀ ਦੇ ਵਿੱਚ ਜਾਂਚ ਲਈ ਭੇਜੇ ਸਾਰੇ 8 ਨਮੂਨਿਆਂ ਦੀ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਦਿੱਲੀ ਦੇ ਵਿੱਚ ਬਰਡ ਫਲੂ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਨਮੂਨੇ ਮਯੂਰ ਵਿਹਾਰ ਫੇਸ 3 ਦੇ ਪਾਰਕ ਸੰਜੇ ਲੇਕ ਤੇ ਦਵਾਰਕਾ ਤੋਂ ਲਏ ਗਏ ਸੀ। ਵਿਕਾਸ ਵਿਭਾਗ ਦੀ ਪਸ਼ੂ ਪਾਲਣ ਇਕਾਈ ਤੋਂ ਡਾਕਟਰ ਰਾਕੇਸ਼ ਸਿੰਘ ਨੇ ਦੱਸਿਆ ਕਿ ਨਮੂਨੇ ਏਵੀਅਨ ਇਨਫਲੂਐਂਜ਼ਾ ਦੇ ਲਈ ਪੋਜ਼ਿਟਿਵ ਪਾਏ ਗਏ ਤੇ ਦਿੱਲੀ 9ਵਾਂ ਸੂਬਾ ਜਿੱਥੇ ਬਰਡ ਫਲੂ ਦੀ ਹੁਣ ਤੱਕ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਯੂਪੀ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਕੇਰਲਾ ਵੀ ਬਰਡ ਫਲੂ ਦੀ ਮਾਰ ਹੇਠ ਆ ਚੁੱਕੇ ਨੇ। ਰਾਮਬਨ ਨੇੜੇ ਸੜਕ ਦਾ ਇੱਕ ਹਿੱਸਾ ਧਸਣ ਦੇ ਨਾਲ 270 ਕਿਲੋਮੀਟਰ ਲੰਮੇ ਜੰਮੂ ਸ਼੍ਰੀਨਗਰ ਹਾਈਵੇ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਟ੍ਰੈਫਿਕ ਨੂੰ ਸੁਚਾਰੂ ਰੂਪ ਦੇ ਵਿੱਚ ਚਲਾਉਣ ਲਈ ਮੌਕੇ ਤੇ ਪਹੁੰਚੀਆਂ NHAI ਦੀਆਂ ਟੀਮਾਂ ਦੇ ਵੱਲੋਂ ਰਾਹਤ ਕਾਰਜ ਵੀ ਸ਼ੁਰੂ ਕਰ ਦਿੱਤੇ ਗਏ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜਾਣਕਾਰੀ ਦਿੱਤੀ ਹੈ ਕਿ 2022 ਦੀ ਗਣਤੰਤਰ ਦਿਵਸ ਪਰੇਡ ਨਵੇਂ ਸੈਂਟਰਲ ਵਿਸਟਾ ਮਾਰਗ ਤੇ ਹੋਏਗੀ, ਯਾਨੀ ਕਿ ਅਗਲੇ ਸਾਲ ਦੀ ਜਿਹੜੀ ਗਣਤੰਤਰ ਦਿਵਸ ਹੈ ਉਹ ਨਵੇਂ ਸੈਂਟਰਲ ਵਿਸਟਾ ਮਾਰਗ ਦੇ ਉੱਤੇ ਕਰਵਾਈ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਬਲਵੰਤ ਸਿੰਘ ਰਾਜੂਆਣਾ ਦੀ ਰਿਹਾਈ ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਕਾਂਗਰਸ MP ਰਵਨੀਤ ਬਿੱਟੂ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਰੱਦ ਹੋਣ ਤੇ ਰਾਜੂਆਣਾ ਦੀ ਰਿਹਾਈ ਵੀ ਕਬੂਲ ਹੈ, ਸਾਡੇ ਪਰਿਵਾਰ ਨੂੰ ਫਿਰ ਕੋਈ ਇਤਰਾਜ਼ ਨਹੀਂ ਹੋਏਗਾ। 31 ਅਗਸਤ 1995 ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਤਲ ਲਈ ਦੋਸ਼ੀ ਪਾਏ ਗਏ ਮੁਲਜ਼ਮਾਂ ਦੇ ਵਿੱਚੋਂ ਮੁੱਖ ਦੋਸ਼ੀ ਨੇ ਭਾਈ ਬਲਵੰਤ ਸਿੰਘ ਰਾਜੂਆਣਾ ਤੇ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਹੁਕਮ ਸੁਣਾਏ ਨੇ ਕੇਂਦਰ ਸਰਕਾਰ ਨੂੰ ਕਿ ਬਲਵੰਤ ਸਿੰਘ ਰਾਜੂਆਣਾ ਦੀ ਸਜ਼ਾ ਹੈਗੀ ਹੈ ਜਿਹੜੀ ਉਹਨਾਂ ਦੀ ਅਰਜ਼ੀ ਦੇ ਉੱਤੇ 26 ਜਨਵਰੀ ਤੋਂ ਪਹਿਲਾਂ ਫੈਸਲਾ ਸੁਣਾਇਆ ਜਾਏ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਰਾਜੂਆਣਾ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਦੀ ਮੰਗ ਕੀਤੀ ਹੈ ਤੇ ਇਹ ਵੱਡਾ ਬਿਆਨ ਪਹਿਲੀ ਵਾਰੀ ਆਇਆ ਰਵਨੀਤ ਬਿੱਟੂ ਦਾ ਕਿ ਜੇ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਕਰ ਦਿੰਦੀ ਹੈ ਤਾਂ ਫਿਰ ਸਾਨੂੰ ਰਾਜੂਆਣਾ ਦੀ ਰਿਹਾਈ ਵੀ ਕਬੂਲ ਹੈ। ਅਜਿਹਾ ਵੱਡਾ ਬਿਆਨ ਹੈ ਜਿਹੜਾ ਇਹ ਰਵਨੀਤ ਬਿੱਟੂ ਦੇ ਵੱਲੋਂ ਦਿੱਤਾ ਗਿਆ, ਜਿਹੜੇ ਕਿ ਪਹਿਲਾਂ ਹਮੇਸ਼ਾ ਹਰ ਮਸਲੇ ਦੇ ਵਿੱਚ ਰਾਜੂਆਣਾ ਦੇ ਮਸਲੇ ਦੇ ਵਿੱਚ ਉਹਨਾਂ ਦੀ ਰਿਹਾਈ ਦੀ ਜਦੋਂ ਗੱਲ ਹੁੰਦੀ ਹੈ ਤਾਂ ਹਮੇਸ਼ਾ ਭੜਕਦੇ ਨੇ। ਵਪਾਰੀਆਂ ਨੇ ਵਟਸਐਪ ਅਤੇ ਫੇਸਬੁੱਕ ਤੇ ਪਾਬੰਦੀ ਲਾਉਣ ਦੀ ਮੰਗ ਚੁੱਕੀ ਹੈ। ਮੈਸੇਜਿੰਗ ਐਪ ਵਟਸਐਪ ਦੀ ਨਵੀਂ ਨੀਤੀ ਦੇ ਨਾਲ ਨਿੱਜਤਾ ਦੇ ਅਧਿਕਾਰ ਦੇ ਭੰਗ ਹੋਣ ਦੇ ਖਦਸ਼ੇ ਕਾਰਨ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ, ਜਿਹਦੇ ਕਰਕੇ ਕਾਰੋਬਾਰੀਆਂ ਦੀ ਜਥੇਬੰਦੀ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਨਵੀਂ ਨੀਤੀ ਵਾਪਸ ਲੈਣ ਜਾਂ ਫਿਰ ਇਸ ਮੈਸੇਜਿੰਗ ਐਪ ਅਤੇ ਇਸ ਦੀ ਪਿਤਰੀ ਕੰਪਨੀ ਫੇਸਬੁੱਕ ਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੀ ਹੈ। ਇਸ ਸੰਬੰਧੀ ਭਾਰਤੀ ਕਾਰੋਬਾਰੀਆਂ ਨੇ ਸੂਚਨਾ ਤੇ ਟੈਕਨੋਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ। ਜਥੇਬੰਦੀ ਨੇ ਦਾਅਵਾ ਕੀਤਾ ਹੈ ਕਿ ਇਸ ਨਵੀਂ ਨਿੱਜਤਾ ਨੀਤੀ ਦੇ ਰਾਹੀਂ ਇੱਕ ਵਿਅਕਤੀ ਜੋ ਕਿ ਵਟਸਐਪ ਦੀ ਵਰਤੋਂ ਕਰਦਾ ਹੈ ਉਸਦਾ ਹਰ ਤਰ੍ਹਾਂ ਦਾ ਨਿੱਜੀ ਡੇਟਾ, ਅਦਾਇਗੀਆਂ ਸੰਬੰਧੀ ਵੇਰਵੇ, ਸੰਪਰਕ ਤੇ ਹੋਰ ਅਹਿਮ ਜਾਣਕਾਰੀ ਇਸ ਐਪ ਦੇ ਵੱਲੋਂ ਹਾਸਲ ਕਰ ਲਈ ਜਾਏਗੀ ਤੇ ਵਟਸਐਪ ਵੱਲੋਂ ਇਸ ਅਹਿਮ ਜਾਣਕਾਰੀ ਨੂੰ ਕਿਸੇ ਵੀ ਮਕਸਦ ਦੇ ਲਈ ਵਰਤਿਆ ਜਾ ਸਕਦਾ ਹੈ। ਸੂਚਨਾ ਤੇ ਤਕਨਾਲੋਜੀ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਵਟਸਐਪ ਨੂੰ ਇਸ ਨਵੀਂ ਨੀਤੀ ਨੂੰ ਲਾਗੂ ਕਰਨ ਤੋਂ ਰੋਕੇ ਜਾਂ ਫਿਰ ਵਟਸਐਪ ਅਤੇ ਇਸ ਦੀ ਪਿਤਰੀ ਕੰਪਨੀ ਫੇਸਬੁੱਕ ਤੇ ਪਾਬੰਦੀ ਲਾਈ ਜਾਵੇ। ਸੋ ਫੇਸਬੁੱਕ ਅਤੇ ਵਟਸਐਪ ਦਾ ਵਿਦੇਸ਼ੀ ਮੁਲਕਾਂ ਦੇ ਨਾਲ ਨਾਲ ਆਪਣੇ ਦੇਸ਼ ਦੇ ਵਿੱਚ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ। ਸੋਸ਼ਲ ਮੀਡੀਆ ਤੇ ਤੁਸੀਂ ਇਸ ਨਵੀਂ ਨੀਤੀ ਤੋਂ ਬਾਅਦ ਵਿਰੋਧ ਭਰੇ ਪੋਸਟਰ ਨੇ ਜਿਹੜੇ ਉਹ ਵੀ ਦੇਖ ਸਕਦੇ ਹੋ। ਸਾਰੇ ਜਿਹੜੇ ਲੋਕ ਨੇ ਉਹ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ, ਆਪਣੇ ਪਰਿਵਾਰ ਵਾਲਿਆਂ ਨੂੰ ਮੈਸੇਜ ਭੇਜ ਰਹੇ ਨੇ ਕਿ ਵਟਸਐਪ ਦੀ ਨਵੀਂ ਨੀਤੀ ਨੂੰ ਤੁਸੀਂ ਸਵੀਕਾਰ ਨਹੀਂ ਕਰਨਾ। ਤੇ ਉਧਰ ਈਮੇਲ ਰਾਹੀਂ PTI ਨੂੰ ਭੇਜੇ ਗਏ ਇਸ ਸੰਬੰਧੀ ਜਵਾਬ ਦੇ ਵਿੱਚ ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਅੱਗੇ ਪਾਰਦਰਸ਼ਤਾ ਨੂੰ ਬੜਾਵਾ ਦੇਣ ਲਈ ਅਸੀਂ ਨਿੱਜਤਾ ਸੰਬੰਧੀ ਨੀਤੀ ਅਪਡੇਟ ਕੀਤੀ ਹੈ। ਇਸ ਅਪਡੇਟ ਤਹਿਤ ਵਟਸਐਪ ਦੇ ਫੇਸਬੁੱਕ ਨਾਲ ਡੇਟਾ ਸਾਂਝਾ ਕਰਨ ਦੇ ਤਰੀਕੇ 'ਚ ਕੋਈ ਬਦਲਾਅ ਨਹੀਂ ਆਏਗਾ ਤੇ ਇਸਦਾ ਲੋਕਾਂ ਵੱਲੋਂ ਦੁਨੀਆ ਭਰ ਵਿੱਚ ਕਿਤੇ ਵੀ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨਾਲ ਕੀਤੀ ਜਾ ਰਹੀ ਨਿੱਜੀ ਗੱਲਬਾਤ 'ਤੇ ਕੋਈ ਪ੍ਰਭਾਵ ਨਹੀਂ ਪਏਗਾ। ਵਟਸਐਪ ਲੋਕਾਂ ਦੀ ਨਿੱਜਤਾ ਸੁਰੱਖਿਅਤ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਹ ਇਹਨਾਂ ਨੇ ਜਵਾਬ ਦਿੱਤਾ ਹੈ। ਪਿਛਲੇ ਦਿਨੀ ਪਟਿਆਲਾ ਤੋਂ ਸ੍ਰੀ ਬਰਾੜ ਗਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਉਹਨਾਂ ਦੇ ਪਿਤਾ ਦੀ ਗ੍ਰਿਫਤਾਰੀ ਦੀਆਂ ਖਬਰਾਂ ਉੱਡ ਰਹੀਆਂ ਸੀ, ਜਿਸ ਤੇ ਪਟਿਆਲਾ ਦੇ SSP ਵਿਕਰਮਜੀਤ ਦੁੱਗਲ ਨੇ ਸਪਸ਼ਟ ਕੀਤਾ ਹੈ ਕਿ ਸ੍ਰੀ ਬਰਾੜ ਦੇ ਪਿਤਾ ਨੂੰ ਗ੍ਰਿਫਤਾਰ ਕਰਨ ਦੇ ਸੋਸ਼ਲ ਮੀਡੀਆ ਮੈਸੇਜ ਸਿਰਫ ਅਫਵਾਹ ਹੈਗੇ ਨੇ ਤੇ ਉਹਨਾਂ ਨੇ ਅਫਵਾਹ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ। SSP ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਅਜਿਹੀ ਕੋਈ ਗ੍ਰਿਫਤਾਰੀ ਨਹੀਂ ਕੀਤੀ, ਨਾ ਹੀ ਗਾਇਕ ਜਸ ਬਾਜਵਾ ਨੂੰ ਕੋਈ ਸੰਮਨ ਭੇਜਿਆ ਗਿਆ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਗਾਇਕ ਤੇ ਗੀਤਕਾਰ ਸ੍ਰੀ ਬਰਾੜ ਉਰਫ ਪਵਨਦੀਪ ਸਿੰਘ ਦੀ ਗ੍ਰਿਫਤਾਰੀ ਵੀ ਉਹਨਾਂ ਦੇ ਗੀਤ ਜਾਣ ਦੇ ਵਿੱਚ ਪਟਿਆਲਾ ਦੀ ਕਾਨੂੰਨ ਤੇ ਵਿਵਸਥਾ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਉਣ ਤੇ ਕਾਨੂੰਨੀ ਤੌਰ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦੇ ਮਾਮਲੇ ਵਿੱਚ ਕੀਤੀ ਗਈ ਹੈ ਤੇ ਇਸ ਦਾ ਕਿਸਾਨ ਐਂਥਮ ਗੀਤ ਦੇ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਫਿਰ ਸਪਸ਼ਟ ਕੀਤਾ ਕਿ ਕਿਸਾਨ ਐਂਥਮ ਨਾਂ ਦਾ ਜਿਹੜਾ ਗੀਤ ਲਿਖਿਆ ਸ੍ਰੀ ਬਰਾੜ ਨੇ
ਉਸ ਦੇ ਨਾਲ ਇਸ ਗ੍ਰਿਫਤਾਰੀ ਦਾ ਕੋਈ ਸੰਬੰਧ ਨਹੀਂ ਹੈ ਤੇ ਗਾਇਕ ਸ੍ਰੀ ਬਰਾੜ ਦੀ ਜੋ ਗ੍ਰਿਫਤਾਰੀ ਹੋਈ ਹੈ ਉਸ ਗ੍ਰਿਫਤਾਰੀ ਦੀ ਟਾਈਮਿੰਗ ਅਤੇ ਉਸ ਗਾਇਕ ਦੇ ਵੱਲੋਂ ਜੋ ਹੁਣੇ-ਹੁਣੇ ਗਾਣਾ ਜਿਹੜਾ ਲਿਖਿਆ ਗਿਆ ਕਿਸਾਨ ਐਂਥਮ ਉਸ ਤੋਂ ਬਾਅਦ ਗ੍ਰਿਫਤਾਰੀ ਹੋਣਾ ਕਈ ਸਾਰੇ ਸਵਾਲ ਨੇ ਜਿਹੜੇ ਉਹ ਪੁਲਿਸ ਪ੍ਰਸ਼ਾਸਨ ਤੇ ਖੜੇ ਵੀ ਕਰਦਾ ਹੈ ਤੇ ਕਿਸਾਨ ਲੀਡਰਾਂ ਨੇ ਵੀ ਇਸ ਦੀ ਨਿਖੇਧੀ ਕੀਤੀ ਹੈ ਅਗਲੀ ਖਬਰ ਪਾਕਿਸਤਾਨ ਤੋਂ ਹੈ ਜਿੱਥੇ 18 ਘੰਟਿਆਂ ਦੇ ਬਲੈਕਆਊਟ ਤੋਂ ਬਾਅਦ ਬਿਜਲੀ ਵਾਪਸ ਭਰਤ ਆਈ ਹੈ ਐਤਵਾਰ ਨੂੰ ਆਪਾਂ ਇਹ ਖਬਰ ਪੜ੍ਹੀ ਸੀ ਕੱਲ੍ਹ ਇਹ ਖਬਰ ਪੜ੍ਹੀ ਸੀ ਕਿ ਪਾਕਿਸਤਾਨ ਦੇ ਵਿੱਚ ਸ਼ਨੀਵਾਰ ਦੀ ਅੱਧੀ ਰਾਤ ਤੋਂ ਕਈ ਹਿੱਸਿਆਂ ਦੇ ਵਿੱਚ ਬਿਜਲੀ ਗੁੱਲ ਹੋ ਗਈ ਸੀ ਤੇ 18 ਘੰਟੇ ਬਹੁਤ ਜ਼ਿਆਦਾ ਹੁੰਦੇ ਨੇ 18 ਘੰਟੇ ਕੋਈ ਤਕਨੀਕੀ ਗੜਬੜੀ ਦੇ ਕਾਰਨ ਇਹ ਸਮੱਸਿਆ ਪੈਦਾ ਹੋਈ ਸੀ ਤੇ ਹੁਣ 18 ਘੰਟੇ ਬਾਅਦ ਬਿਜਲੀ ਵਾਪਸ ਪਰਤ ਆਈ ਹੈ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਵੀ ਹਨੇਰਾ ਛਾਇਆ ਸੀ ਉੱਥੇ ਹੁਣ ਚਾਨਣ ਮੁੜ ਤੋਂ ਹੋ ਗਿਆ ਇੱਕ ਰਿਪੋਰਟ ਆਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਸਾਊਥ ਅਫਰੀਕਾ ਕੋਵਿਡ-19 ਦੇ ਟੀਕੇ ਇੱਕ ਗੁਪਤ ਜਗ੍ਹਾ ਤੇ ਰੱਖੇਗਾ ਤਾਂ ਕਿ ਚੋਰੀ ਨਾ ਹੋ ਜਾਣ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਜਿਹੜਾ ਕਿ ਸਿਹਤ ਮਹਿਕਮੇ ਦਾ ਬੁਲਾਰਾ ਹੈ ਪੋਪੋ ਮਾਜਾ ਉਸਨੇ ਜਾਣਕਾਰੀ ਦਿੱਤੀ ਹੈ ਕਿ ਸਾਊਥ ਅਫਰੀਕਾ ਦੇ ਵਿੱਚ ਜੋ ਵੀ ਕੋਵਿਡ-19 ਨੂੰ ਲੈ ਕੇ ਦਵਾਈ ਟੀਕੇ ਜਿਹੜੇ ਹੋਣਗੇ 1.5 ਮਿਲੀਅਨ ਡੋਜ਼ਿਸ 1.5 ਮਿਲੀਅਨ ਖੁਰਾਕਾਂ ਨੇ ਜਿਹੜੀਆਂ ਉਹਨਾਂ ਨੂੰ ਬਹੁਤ ਹੀ ਗੁਪਤ ਜਗ੍ਹਾ 'ਤੇ ਰੱਖਿਆ ਜਾਏਗਾ ਤਾਂ ਕਿ ਚੋਰੀ ਨਾ ਹੋ ਜਾਣ ਚੋਰੀ ਦਾ ਖਤਰਾ ਉੱਥੇ ਬਣਿਆ ਹੋਇਆ ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ